ਜੀ ਦੋਸਤੋ ਅਸਲਾਮੁਆਲਿਕਮ ਜੀ ਉਮੀਦ ਕਰਨਾ ਕਿ ਸਭ ਦੋਸਤ ਖੈਰ ਖਰੀਅਤ ਨਾਲ ਹੋਣਗੇ ਤੇ ਅੱਜ ਅਸੀਂ ਦੋਸਤਾਂ ਨੂੰ ਇੱਕ ਛੋਟਾ ਜਿਹਾ ਬੱਚਾ ਦਿਖਾਵਾਂਗੇ ਜਦੀ ਉਮਰ ਤੇ 14 ਸਾਲ ਹੈ ਲੇਕਿਨ ਜਿਹੜਾ ਉਹਦਾ ਕੱਦ ਹੈ ਉਹ ਸਿਰਫ 1 ਡੈਡ ਫੁੱਟ ਹੈ ਤੇ ਬਿਲਕੁਲ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਹੋਵੇ ਇਹ ਬੱਚਾ ਹੈ ਇਹਦਾ ਨਾਮ ਹੈ ਅਹਿਮਦ ਤੇ ਨਰਸਰੀ ਕਲਾਸ ਦੇ ਵਿੱਚ ਪੜਦਾ ਵੇ ਲੇਕਿਨ ਜਿਹੜੀ ਇਹਦੀ ਉਮਰ ਹੈ ਉਹ 14 ਸਾਲ ਹੈ ਲੇਕਿਨ ਜਿਹੜਾ ਇਹਦਾ ਕੱਦ ਹੈ ਉਹ 1 ਡੈਡ ਫੁੱਟ ਹਲ ਤੱਕ ਹੈ ਇਹਦਾ ਕੱਦ ਜਿਹੜਾ ਨਾ ਉਹਦੇ ਵਧਨ ਦੇ ਅੱਗੇ ਚਾਨਸ ਕੋਈ ਨਹੀਂ ਹੈ ਤੇ ਇਹ ਅੱਲਾਹ ਤਾਲਾ ਦੀ ਤਰਫੋਂ ਨਿਜ਼ਾਮ ਹੈ ਤੇ ਬਿਲਕੁਲ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਹੋਵੇ ਤੇ ਬੜਾ ਮਿਹਰਬਾਨੀ ਕਰਕੇ ਦੋਸਤਾਂ ਕੇ ਰਿਕੁਐਸਟ ਕਰਨੇ ਕੇ ਜਿਹੜੇ ਦੋਸਤ ਨਵੇਂ ਮੇਰੇ ਚੈਨਲ ਤੇ ਆ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਵੀ ਕਰੋ ਤੇ ਬਿਲਕੁਲ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਹੋਵੇ ਇਹ ਅੱਲਾਹ ਤਾਲਾ ਦੀ ਤਰਫੋਂ ਇਹਦਾ ਕੱਦ ਜਿੱਡਾ ਵੀ ਹੈ 1.5 ਫੁੱਟ ਤੇ ਉਮਰ ਇਹਦੀ ਇਸ ਟਾਈਮ 14 ਸਾਲ ਹੋ ਗਏ ਦੀ ਹੈ ਨਰਸਰੀ ਕਲਾਸ ਦੇ ਵਿੱਚ ਪੜਦਾ ਵੇ احمد ਇਹਦਾ ਨਾਮ ਹੈ ਇਸ ਬੱਚੇ ਦਾ ਤੇ ਇਸ ਤਰ੍ਹਾਂ ਦੇ ਜਿਹੜੇ ਕੰਮ ਹੁੰਦੇ ਨੇ ਅਸੀਂ ਲੋਕੀ ਬੜੀ ਕੋਸ਼ਿਸ਼ ਕਰਨੇ ਆ ਕਿ ਯਾਰ ਇਹਨੂੰ ਇੰਜ ਕਰੋ ਦਵਾਈਆਂ ਖਿਲਾਓ ਇਹ ਕਰੋ ਉਹ ਕਰੋ ਲੇਕਿਨ ਜਿਹੜਾ ਅੱਲਾਹ ਦੇ ਉੱਤਰ ਵਾਲੀ ਤਰਫੋਂ ਜਿਹੜਾ ਹੋ ਜਾਂਦਾ ਕੰਮ ਉਹ ਉਹ ਹੋ ਹੀ ਰਹਿੰਦਾ ਵੇ ਉਹਦੇ ਵਿੱਚ ਬੰਦੇ ਦੀ ਦਖਲਅੰਦਾਜ਼ੀ ਕੁਝ ਨਹੀਂ ਹੋ ਸਕਦੀ ਇਹ ਗੱਲ ਤੇ ਇਹਨਾਂ ਨਾਲ ਹੀ ਸਾਨੂੰ ਦੋ ਇਜਾਜ਼ਤ ਸੁਣੇ ਰੱਬ ਦੇ ਵਾਲੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਸਬਸਕ੍ਰਾਈਬ ਨਾਓ and press the bell icon. Never miss an update.